ਲੱਖੇ ਦੀ ਦੇਹ ਨਾਲ ਕੋਈ ਦੀਪ ਦੀ ਦੇਹ ਨਾਲ ਨਹੀਂ ਜੁੜਿਆ ਹੋਇਆ ਵੀ ਉਹਨਾਂ ਨੂੰ ਇਹ ਨਹੀਂ ਹੈਗਾ, ਉਹ ਕਹਿੰਦੇ ਬਿੱਲ ਤਾਂ ਰੱਦ ਹੋ ਜਾਣਗੇ ਉਹ ਜਿਵੇਂ ਮੀਟਿੰਗਾਂ ਵਿੱਚ ਵੀ ਕਹਿੰਦੇ ਆ, ਕਹਿੰਦੇ ਫਿਰ ਬਾਕੀ ਵੀ ਉੱਠਣ ਅਤੇ ਰਿਲਾਇੰਸ ਦੀ ਮਾਰ ਨਹੀਂ ਪੈਣੀ, ਉਹਨਾਂ ਦੇ ਅੰਬਾਨੀਆਂ ਅਡਾਨੀਆਂ ਦੀ ਮਾਰ ਨਹੀਂ ਪੈਣੀ, ਅੰਬਾਨੀਆਂ ਅਡਾਨੀਆਂ 'ਤੇ ਮਾਰ ਪੈਣੀ ਆ ਕਿਰਤੀ ਲੋਕਾਂ ਦੀ, ਚਾਹੇ ਕੋਈ ਕੈਪਟਨ ਅਮਰਿੰਦਰ ਸਿੰਘ ਦੀ ਸੱਜੀ ਬਾਹ ਬਣਿਆ ਫਿਰਦਾ ਪਿੰਡ 'ਚ, ਜੇ ਕੋਈ ਇਹ ਕਹਿੰਦਾ ਮੇਰੇ 'ਚ ਰਾਜਾ ਜੇਬ 'ਚ, ਕੋਈ ਕਹਿੰਦਾ ਬਾਦਲ ਜੇਬ 'ਚ, ਕੋਈ ਕਹਿੰਦਾ ਮੇਰੇ 'ਚ ਕੇਜਰੀਵਾਲ ਜੇਬ 'ਚ, ਕਿਸੇ ਜੇਬ 'ਚ ਕੁਛ ਨਹੀਂ ਰਹਿਣਾ, ਆਟੇ ਬੰਨੂ ਤਰਸਣਗੇ। ਆਹ ਜਿਹੜੀਆਂ MC ਦੀਆਂ ਚੋਣਾਂ, ਇਹ ਤਾਂ ਘੜੇ ਦੀਆਂ ਮੱਛੀਆਂ ਹੁੰਦੀਆਂ ਜਿਹਦੀ ਸਰਕਾਰ ਹੁਣ ਇਹ ਤੋਂ ਮਤਲਬ ਕਬਜ਼ੇ ਕਰਕੇ ਬੂਥਾਂ 'ਤੇ ਜਿੱਤਦੇ, ਇਹਦਾ ਕੋਈ ਵੱਡਾ ਨਹੀਂ। ਹੁਣ ਜੇ ਆਪਾਂ ਪਹਿਲਾਂ ਦੇਖ, ਅੱਜ ਮਹਾਰਾਜ ਪਿੰਡ ਵਿਖੇ ਭਾਈ ਸਾਹਿਬ ਹਰਜੀਤ ਸਿੰਘ ਜੀ ਢਪਾਲੀ ਜੀ ਨੇ ਉਹਨਾਂ ਦੇ ਵਿਚਾਰ ਲੈਂਦੇ ਹਾਂ ਕਿ ਅੱਜ ਜਿਹੜਾ ਮੋਰਚਾ ਸੀ ਉਹ ਜਿਹੜਾ ਇੱਥੇ ਇਕੱਠ ਰੱਖਿਆ ਗਿਆ ਸੀ ਮਹਾਰਾਜ ਦੇ ਵਿੱਚ, ਕਿਸ ਮਕਸਦ ਲਈ ਸੀ ਅਤੇ ਇੱਥੋਂ ਕੀ ਹੁਣ ਅੱਗੇ ਵਾਲੀਆਂ ਰਣਨੀਤੀਆਂ ਨੇ? ਬਾਬਾ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪੰਜਾਬ ਸਥਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ, ਜਿਹੜਾ ਹੁਣ ਇੱਥੋਂ ਮਹਾਰਾਜ ਪਿੰਡ ਇਕੱਠ ਰੱਖਿਆ ਗਿਆ ਸੀ, ਇਹ ਮੇਨ ਮਕਸਦ ਕੀ ਸੀ? ਇਹਦਾ ਮੋਟਿਵ ਤੁਸੀਂ ਸਾਰੇ ਬੁਲਾਰਿਆਂ ਤੋਂ ਵਿਚਾਰਾਂ ਸੁਣ ਲਈਆਂ, ਮੈਂ ਵੀ ਸਟੇਜ 'ਤੇ ਉਹੀ ਬੇਨਤੀ ਕੀਤੀ ਸੀਗੀ ਵੀ ਅਸਲ 'ਤੇ ਮੇਨ ਵਿੱਚ ਜਿਹੜਾ ਹੈਗਾ ਸਾਡਾ ਵੀ 3 ਖੇਤੀ ਕਾਨੂੰਨ ਆ ਉਹ ਰੱਦ, ਅਤੇ ਇੱਕ ਜਿਹੜਾ ਭਾਜਪਾ ਦਾ IT ਸੈੱਲ ਇਹ ਸੁਨੇਹੇ ਦੇ ਰਿਹਾ ਸੀਗਾ ਵੀ ਪੰਜਾਬ ਦਾ ਕਿਸਾਨ ਆ, ਯੂਥ ਆ ਜਿਹੜਾ ਉਹ ਨੌਜਵਾਨ ਨਿਰਾਸ਼ ਹੋ ਗਿਆ ਅਤੇ ਜਥੇਬੰਦੀਆਂ ਨੂੰ ਟੁੱਟ ਗਿਆ ਪਾਸੇ ਬੈਠਾ, ਉਹ ਸੁਨੇਹਾ ਦੇਣ ਲਈ ਪੰਜਾਬ ਦਾ ਯੂਥ ਨਿਰਾਸ਼ ਨਹੀਂ ਹੈ, ਅੱਜ ਵੀ ਉਹਦੀ ਡਿਮਾਂਡ ਮੰਗ ਉਹੀ ਆ ਕਿ ਜਿਹੜੇ 3 ਖੇਤੀ ਕਾਨੂੰਨ ਰੱਦ ਕੀਤੇ ਜਾਣ। ਅਤੇ ਦੂਸਰਾ ਸੀਗਾ ਜਿਹੜੇ ਵੀ ਸਾਡੇ ਪੰਜਾਬ ਦੇ ਜਿਹੜੇ ਕਿਸਾਨ ਨੇ ਆ, ਜਿੰਨੇ ਵੀ ਜਿਨ੍ਹਾਂ ਨੇ ਮੋਦੀ ਸਰਕਾਰ ਨੇ ਕਹਿਰ ਕੀਤਾ, ਗ੍ਰਿਫਤਾਰੀਆਂ ਕੀਤੀਆਂ ਨੇ, ਚਾਹੇ ਭੈਣਾਂ ਨੇ ਚਾਹੇ ਬਜ਼ੁਰਗ ਨੇ, ਅਤੇ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਰਿਹਾਅ ਕੀਤਾ ਜਾਵੇ, ਅਤੇ ਲੱਖੇ ਸਿਧਾਣੇ ਦੀਪ ਸਿੱਧੂ ਵਰਗੇ ਵੀਰ ਜਾਂ ਹੋਰ ਖਾਸ ਤੌਰ 'ਤੇ ਉਹਨਾਂ ਜਿਹੜੇ 32 ਜਥੇਬੰਦੀਆਂ 'ਚੋਂ ਕੁਝ ਉਹ ਲੋਕ ਜਿਹੜੇ ਉੱਥੇ ਸਟੇਜ 'ਤੇ ਖੜ੍ਹ ਕੇ ਇਹਨਾਂ ਵੀਰਾਂ ਦੇ ਦਿੱਤੇ ਸਹਿਯੋਗ ਨੂੰ ਭੁਲਾ ਕੇ ਆਪਣੀ ਨਿੱਜੀ ਕਿੜ ਕੱਢਣ ਲਈ ਜਿਹੜੇ ਗਦਾਰ ਵਰਗੇ ਫਤਿਹ ਬਜ਼ਾਰੀ ਕਰਦੇ ਸੀ, ਉਹਨਾਂ ਲੋਕਾਂ ਨੂੰ ਇਸ ਇਕੱਠ ਨੇ ਇਹ ਚੈਲੰਜ ਕੀਤਾ ਵੀ ਕਿਹਾ ਵੀ ਭਾਈ ਤੁਸੀਂ ਕੰਨ 'ਤੇ ਲਿਖਿਆ ਪੜ੍ਹ ਲਓ ਇਹਨਾਂ ਨੌਜਵਾਨਾਂ ਦੇ ਨਾਲ ਜਿਹੜੇ, ਕਿਉਂਕਿ ਇਸ ਕਰਕੇ ਨਹੀਂ ਕੋਈ ਲੱਖੇ ਦੀ ਦੇਹ ਨਾ ਕੋਈ ਦੀਪ ਦੀ ਦੇਹ ਨਾਲ ਨਹੀਂ ਜੁੜਿਆ ਹੋਇਆ, ਇਹਨਾਂ ਨੇ ਪੰਜਾਬ ਦੀ ਹੋਂਦ ਦੀ ਇਸ ਲੜਾਈ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ। ਸੋ ਇਹਨਾਂ ਦੇ ਸਤਿਕਾਰ ਮਾਣ ਦੇ ਲਈ ਇਹ ਵੀ ਇੱਕ ਇਹ ਪੱਖ ਸੀਗਾ ਕਿ ਉਹ ਲੋਕ ਜਿਹੜੇ ਇਹਨਾਂ ਨੌਜਵਾਨਾਂ ਨੂੰ ਗਦਾਰਾਂ ਦੇ ਫਤਵੇ ਦਿੰਦੇ ਆ, ਉਹਨਾਂ ਲੋਕਾਂ ਨੂੰ ਵੀ ਇਹ ਸੁਚੇਤ ਕਰਨ ਲਈ, ਉਹਨਾਂ ਨੂੰ ਚੁਕੰਨੇ ਕਰਨ ਲਈ, ਉਹਨਾਂ ਦੇ ਕੰਨ ਖੋਲਣ ਲਈ ਵੀ ਇੱਥੋਂ ਆਵਾਜ਼ ਬੁਲੰਦ ਕੀਤੀ ਹੈ ਜੀ। ਹੁਣ ਅੱਗੇ ਵਾਲਾ ਇੱਥੋਂ ਕੀ ਪਲਾਨ ਦਿੱਤਾ ਹੈ ਆਗੂਆਂ ਨੇ ਸਟੇਜ ਵਾਲੇ? ਅੱਗੇ ਤਾਂ ਵੀ ਜੀ ਇਹੀ ਮਤਲਬ ਕਿ ਅਗਲੇ ਹੋਰ ਪ੍ਰੋਗਰਾਮ ਹੋਣਗੇ ਅਤੇ ਜਿੱਥੇ ਇਲਾਕੇ ਵਾਈਜ਼ ਲਾਮਬੰਦੀ ਕੀਤੀ ਜਾਵੇ, ਪੰਜਾਬ ਦੇ ਨੌਜਵਾਨ ਨੂੰ ਦੁਬਾਰੇ ਜਿਹੜਾ ਚਾਰਜ ਕੀਤਾ ਜਾਵੇ, ਅਤੇ ਦਿੱਲੀ ਤਾਂ ਜੋ ਵੱਡੀ ਗਿਣਤੀ 'ਚ ਪੰਜਾਬ ਦਾ ਯੂਥ ਜਾਵੇ ਅਤੇ ਉਹ ਆਪਦੀ ਆ ਜਿਹੜੀ ਇਹ ਲੜਾਈ ਆ ਉਹਦੇ ਵਿੱਚ ਆਪਦਾ ਬਣਦਾ ਯੋਗਦਾਨ ਪਾ ਸਕੇ, ਉਹ ਮਤਲਬ ਅੱਗੇ ਜਿਹੜੇ ਇੱਦਾਂ ਹੀ ਲਾਮਬੰਦੀ ਲਈ ਪ੍ਰੋਗਰਾਮ ਕੀਤੇ ਜਾਣਗੇ ਪੰਜਾਬ 'ਚ। ਤੁਹਾਨੂੰ ਲੱਗਦਾ ਵੀ ਜਿਹੜਾ ਪੰਜਾਬ ਦੇ ਹਾਲਾਤਾਂ ਨੂੰ ਸੁਧਾਰਨ ਵਾਸਤੇ ਜਿਹੜਾ ਰਾਜਨੀਤਿਕ ਢਾਂਚਾ ਉਹਨੂੰ ਬਦਲਣ ਦੀ ਲੋੜ ਹੈ? ਬਿਲਕੁਲ ਜੀ, ਇਕੱਲਾ ਪੰਜਾਬ ਦਾ ਨਹੀਂ ਪੂਰੇ ਭਾਰਤ ਦਾ ਹੀ ਰਾਜਨੀਤਿਕ ਢਾਂਚਾ ਜਿਹੜਾ ਬਦਲਣ ਵਾਲਾ, ਇੱਥੇ ਸਾਰਾ ਸਿਸਟਮ, ਅਸਲ ਅਸੀਂ ਜੇ ਇੱਥੋਂ ਤੱਕ ਪਹੁੰਚੇ ਹਾਂ ਅਤੇ ਇਹ ਸਮੱਸਿਆਵਾਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ, ਉਹਦਾ ਕਾਰਨ ਸਾਡੇ ਰਾਜਨੀਤਿਕ ਲੀਡਰ ਲੋਕ ਹੀ ਹੈ, ਚਾਹੇ ਕਿਹੜੇ ਤਿੰਨੇ ਪਾਰਟੀਆਂ ਨੇ ਜੋ ਵੀ ਇੱਥੇ ਮਤਲਬ ਕਹਿੰਦੇ ਹੈਗੀਆਂ ਨੇ ਸਰਕਾਰ ਦੇ ਵਿੱਚ ਨੇ, ਚਾਹੇ ਆਪੋਜੀਸ਼ਨ ਦੇ ਵਿੱਚ ਨੇ, ਅਤੇ ਇਹ ਈਵਨ ਦਿੱਲੀ 'ਚ ਵੀ ਸਾਰੇ, ਇਹ ਅਸਲ 'ਚ ਰਾਜਨੀਤਿਕ ਢਾਂਚਾ। ਹੁਣ ਰਾਜਨੀਤਿਕ ਲੋਕ ਜਿਵੇਂ ਆਪਾਂ ਕਹਿ ਲਈਏ ਵੀ ਉਹਨਾਂ ਨੂੰ ਇਹ ਨਹੀਂ ਹੈਗਾ, ਉਹ ਕਹਿੰਦੇ ਬਿੱਲ ਤਾਂ ਰੱਦ ਹੋ ਜਾਣਗੇ ਉਹ ਜਿਵੇਂ ਮੀਟਿੰਗਾਂ ਵਿੱਚ ਵੀ ਕਹਿੰਦੇ ਆ, ਕਹਿੰਦੇ ਫਿਰ ਬਾਕੀ ਵੀ ਉੱਠਣਗੇ। ਅਸਲ ਦੇ ਵਿੱਚ ਹੁਣ ਇਹ ਕਿਸਾਨ ਕਿਰਤੀ ਲੋਕਾਂ ਦੇ ਇਸ ਅੰਦੋਲਨ ਨੇ ਰਾਜਨੀਤਿਕ ਲੋਕਾਂ ਦੇ ਤਖਤ ਨੂੰ ਹੱਥ ਪਾਇਆ, ਇਹ ਮਤਲਬ ਕਿ ਇਹ ਵੱਡਾ ਸੁਧਾਰ ਆ ਜਿਹੜਾ ਇੱਕ ਉਹ ਹੋਣ ਦੀ ਉਮੀਦ ਆ ਵੀ ਰਾਜਨੀਤਿਕ ਤੌਰ 'ਤੇ ਵੀ ਸੁਧਾਰ ਹੋਏਗਾ, ਸੱਭਿਆਚਾਰਕ ਤੌਰ 'ਤੇ ਵੀ, ਆਰਥਿਕ ਤੌਰ 'ਤੇ ਵੀ, ਸਮਾਜਿਕ ਤੌਰ 'ਤੇ ਵੀ, ਸਾਰੇ ਤਰੀਕਿਆਂ ਨਾਲ ਸੁਧਾਰ ਇਸ ਅੰਦੋਲਨ ਵਿੱਚੋਂ ਨਿਕਲੇਗਾ, ਇਹੋ ਉਮੀਦ ਆ ਜੀ। ਕੀ ਜਿਹੜੇ ਇਕੱਠ ਕਰੇ ਜਾਂਦੇ ਨੇ ਇਹਨਾਂ ਨੂੰ ਆਪਾਂ ਜਿੱਤ ਸਮਝ ਸਕਦੇ ਹਾਂ ਵੀ ਲੋਕ ਇਕੱਠੇ ਹੋ ਗਏ? ਨਹੀਂ, ਜਿੱਤ ਤਾਂ ਮਤਲਬ ਇੱਕ ਤਾਂ ਪਹਿਲੀ ਗੱਲ ਤਾਂ ਇਹ ਹੈ ਵੀ ਇਸ ਗੱਲ ਦੀ ਖੁਸ਼ੀ ਹੈ ਵੀ ਪੰਜਾਬ ਦੇ ਲੋਕ ਅਵੇਅਰ ਹੋਏ ਆ, ਜਿਹੜੇ ਲੋਕ ਰਾਜਨੀਤਿਕ ਲੀਡਰਾਂ ਦੇ ਪਿੱਛੇ ਜਾਂਦੇ ਸੀਗੇ ਅਤੇ ਜਿਹੜੇ ਲੋਕਾਂ ਨੂੰ ਧੜਿਆਂ 'ਚ ਵੰਡਤਾ ਸੀਗਾ, ਅੱਜ ਉਹਨਾਂ ਲੋਕਾਂ ਨੂੰ ਇਹ ਤਾਂ ਪਤਾ ਲੱਗਣਾ ਸ਼ੁਰੂ ਹੋ ਗਿਆ ਵੀ ਅਸਲ ਦੇ ਵਿੱਚ ਸਾਡਾ ਬੇੜਾ ਰਾਜਨੀਤਿਕ ਲੋਕਾਂ ਨੇ ਬਿਠਾਇਆ, ਉਹਨਾਂ ਦਾ ਆਪ ਸਾਰਾ ਕੁਝ ਸੇਫ ਆ,
ਉਹਨਾਂ ਤੇ ਰਿਲਾਇੰਸ ਦੀ ਮਾਰ ਨਹੀਂ ਪੈਣੀ, ਉਹਨਾਂ ਤੇ ਅੰਬਾਨੀਆਂ ਅਡਾਨੀਆਂ ਦੀ ਮਾਰ ਨਹੀਂ ਪੈਣੀ, ਅੰਬਾਨੀਆਂ ਅਡਾਨੀਆਂ ਤੇ ਮਾਰ ਪੈਣੀ ਹੈ ਕਿਰਤੀ ਲੋਕਾਂ ਦੀ। ਚਾਹੇ ਕੋਈ ਕੈਪਟਨ ਅਮਰਿੰਦਰ ਸਿੰਘ ਦੀ ਸੱਜੀ ਬਾਹ ਬਣਿਆ ਫਿਰਦਾ ਪਿੰਡ 'ਚ, ਜੇ ਕੋਈ ਇਹ ਕਹਿੰਦਾ ਮੇਰੇ 'ਚ ਰਾਜਾ ਜੇਬ 'ਚ, ਕੋਈ ਕਹਿੰਦਾ ਬਾਦਲ ਜੇਬ 'ਚ, ਕੋਈ ਕਹਿੰਦਾ ਮੇਰੇ 'ਚ ਕੇਜਰੀਵਾਲ ਜੇਬ 'ਚ, ਕਿਸੇ ਜੇਬ 'ਚ ਕੁਛ ਨਹੀਂ ਰਹਿਣਾ, ਆਟੇ ਮੈਨੂੰ ਤਰਸਣਗੇ। ਇਸ ਲਈ ਇਹ ਗੱਲ ਲੋਕਾਂ ਨੇ ਸਮਝ ਲਈ ਆ, ਚਾਹੇ ਕੋਈ ਦੁਕਾਨਦਾਰ ਆ, ਚਾਹੇ ਕੋਈ ਵਪਾਰੀ ਆ, ਚਾਹੇ ਕੋਈ ਆੜ੍ਹਤੀ ਆ, ਚਾਹੇ ਕੋਈ ਮਜ਼ਦੂਰ ਆ, ਚਾਹੇ ਕੋਈ ਕਿਸਾਨ ਆ, ਇਹ ਸਾਰੀਆਂ ਧੜੇਬੰਦੀਆਂ ਦੇ ਉੱਪਰ ਉੱਠ ਕੇ ਵੱਡੀ ਗਿਣਤੀ 'ਚ ਅੱਜ ਇੱਥੇ ਵੀ ਦੇਖੋ ਕੋਈ ਸਪੈਸ਼ਲ ਕੋਈ ਬੱਸਾਂ ਨਹੀਂ ਸੀ ਭੇਜੀਆਂ ਗਈਆਂ, ਕੋਈ ਆਪਾਂ ਨੂੰ ਦੇਖੀਏ ਗਰਾਊਂਡ ਲੈਵਲ 'ਤੇ ਕੋਈ ਜਥੇਬੰਦਕ ਢਾਂਚਾ ਨਹੀਂ ਹੈਗਾ, ਸਿਰਫ ਇੱਕ ਕਾਲ ਦਿੱਤੀ ਆ। ਉਸ ਕਾਲ ਦੇ ਨਾਲ ਪੂਰੀ ਜਿਹੜਾ ਪੰਜਾਬ ਦਾ ਯੂਥ ਇੱਥੇ ਪਹੁੰਚਿਆ, ਉਹ ਇਸ ਗੱਲ ਦਾ ਇਹ ਪ੍ਰਤੀਕ ਆ ਕਿ ਨੌਜਵਾਨ ਆ ਜਿਹੜੇ ਪੰਜਾਬ ਦੇ ਖਾਸ ਤੌਰ 'ਤੇ ਅਵੇਅਰ ਹੋਏ ਆ, ਇਸ ਗੱਲ ਤੋਂ ਜਾਗੇ ਆ ਕਿ ਆਪਣੇ ਹੱਕਾਂ ਲਈ ਖੁਦ ਲੜਾਈ ਲੜਨੀ ਪੈਣੀ ਆ, ਆਪਾਂ ਨੂੰ ਆਪ ਦਾ ਸਿਰ ਜਿਵੇਂ ਸਿਆਣੇ ਕਹਿੰਦੇ ਆਪ ਹੀ ਗੁੰਦਣਾ ਪੈਣਾ, ਆਪ ਹੀ ਉੱਠਣਾ ਪੈਣਾ ਅਤੇ ਆਪ ਹੀ ਲੜਾਈ ਇਹ ਲੜਨੀ ਪੈਣੀ ਆ। ਜੇ ਇਹ ਖੇਤੀ ਕਾਨੂੰਨ ਰੱਦ ਕਰਾਉਣ ਤੋਂ ਬਾਅਦ ਇੱਕ ਕਹਿ ਲਓ ਪੋਲੀਟੀਕਲ ਸਿਸਟਮ ਵੀ ਆ, ਰਾਜਨੀਤਿਕ ਢਾਂਚਾ ਵੀ, ਸਾਡਾ ਧਾਰਮਿਕ ਢਾਂਚਾ ਸਾਰਾ ਕੁਝ ਆਵਾ ਉੱਤੇ ਪਿਆ ਪੰਜਾਬ ਦਾ, ਚਾਰੇ ਪਾਸੇ ਵੇਖੀਏ, ਉਹ ਸਾਰੇ ਸੁਧਾਰ ਲਈ ਯਤਨ ਕਰਨੇ ਪੈਣਗੇ। ਲਾਸਟ ਸਵਾਲ ਹੈ ਜੀ ਮੇਰਾ, 22 ਵਾਲੀਆਂ ਚੋਣਾਂ ਆਉਣੀਆਂ ਨੇ ਹੁਣ ਅੱਗੇ, ਇਸ ਤੋਂ ਪਹਿਲਾਂ ਜਿਹੜੀਆਂ ਨਗਰ ਕੌਂਸਲ ਦੀਆਂ ਚੋਣਾਂ ਲੰਘੀਆਂ ਨੇ ਕਾਂਗਰਸ ਦੀ ਜਿੱਤ ਹੋਈ ਹੈ, ਇਸ ਤੋਂ ਬਾਅਦ ਆਪਣੇ ਕੋਲ ਪਾਰਟੀਆਂ ਵੀ, ਸਿਰਫ ਪੰਜਾਬ ਕੋਲ 3 ਹੀ ਨੇ ਮੇਨ, ਮਕਸਦ ਜੇ ਕਹਿ ਲਈਏ ਭਾਜਪਾ ਦਾ ਵਿਰੋਧ ਹੋ ਰਿਹਾ, ਤੁਹਾਨੂੰ ਲੱਗਦਾ ਵੀ ਇਦੋਂ ਅਗਲੀ 'ਚ ਜੇ ਕਿਤੇ ਕੋਈ ਪੋਲੀਟੀਕਲ ਪਾਰਟੀ ਕੋਈ ਹੋਰ ਨਵੀਂ ਧਿਰ ਨਾ ਖੜੀ ਹੋਈ, ਪਹਿਲਾਂ ਵਾਲੀ ਪੁਰਾਣੀਆਂ ਜਿਹੜਾ ਚੱਲਦੀ ਆ ਰਹੇ ਰਵਾਇਤੀ ਪਾਰਟੀਆਂ ਉਹੀ ਫੇਰ ਰਾਜ ਕਰਨਗੀਆਂ? ਜੇ ਤਾਂ ਅਸੀਂ ਸਮਾਂ ਨਾ ਸਾਂਭਾਂਗੇ ਤਾਂ ਉਹੀ ਕੁਝ ਹੋਊਗਾ, ਪਰ ਊਂ ਇੱਕ ਮਤਲਬ ਕਿ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਵੀ, ਮੈਂ ਓਵਰਆਲ ਵੀ ਰੋਜ਼ਾਨਾ ਚਾਹੇ ਮੈਂ ਆਪਦੇ ਧਾਰਮਿਕ ਦਬਾਨਾ ਜਾਂਦਾ ਉੱਥੇ ਵੀ ਜਾਂ ਇੱਦਾਂ ਸਟੇਜ ਜਾਂ ਤਾਂ ਵੀ ਬੋਲਦਾ, ਕਿਸਾਨੀ ਅੰਦੋਲਨ ਵੀ ਪਹਿਲੇ ਦਿਨ ਤੋਂ ਮੈਂ ਜੁੜਿਆ ਹੋਇਆ, ਉਹ ਗੱਲ ਕਰਦਾ ਵੀ ਆਪਾਂ ਸਿਸਟਮ ਬਣਾਈਏ, ਸਾਰਾ ਸਿਸਟਮ ਬਣੇ, ਖੇਤਰੀ ਪਾਰਟੀ ਮਜ਼ਬੂਤ ਹੋਵੇ, ਪੰਜਾਬ ਦੇ ਉਹ ਲੋਕ ਜਿਹੜੇ ਲੋਕਾਂ ਦੀ ਨਬਜ਼ ਸਮਝਦੇ ਆ, ਲੋਕਾਂ ਦੇ ਦੁੱਖ ਨੂੰ ਆਪਦਾ ਦੁੱਖ ਸਮਝਦੇ ਆ, ਉਹ ਲੋਕ ਆ ਜਿਹੜੇ ਰਾਜਨੀਤੀ 'ਚ ਅੱਗੇ ਆਉਣ, ਚਾਹੇ ਧਰਮ ਦੀ ਰਾਜਨੀਤੀ ਆ, ਧਾਰਮਿਕ ਸਿਸਟਮ ਆ, ਚਾਹੇ ਸਾਡਾ SGPC ਆ, ਚਾਹੇ ਪੰਜਾਬ ਦਾ ਰਾਜਨੀਤਿਕ ਸਿਸਟਮ ਆ, ਹੁਣ 2022 ਦੇ ਵਿੱਚ ਵੀ ਅਤੇ ਇਹੀ ਗੱਲ ਆ, ਮਤਲਬ ਹੁਣ ਜਿਹੜੀਆਂ ਇਹ ਤੋਂ ਲਈ ਜਾਂਦੇ ਆ ਅੰਦਾਜ਼ਾਂ ਵੀ ਆਹ ਜਿਹੜੀਆਂ MC ਦੀਆਂ ਚੋਣਾਂ, ਇਹ ਤਾਂ ਘੜੇ ਦੀਆਂ ਮੱਛੀਆਂ ਹੁੰਦੀਆਂ, ਜਿਹਦੀ ਸਰਕਾਰ ਹੁਣ ਇਹ ਤੋਂ ਮਤਲਬ ਕਬਜ਼ੇ ਕਰਕੇ ਬੂਥਾਂ 'ਤੇ ਜਿੱਤ ਦਿੰਦੇ, ਇਹਦਾ ਕੋਈ ਵੱਡਾ ਨਹੀਂ। ਹੁਣ ਜੇ ਆਪਾਂ ਪਹਿਲਾਂ ਦੇਖਾਂਗੇ 2017 ਤੋਂ ਪਹਿਲਾਂ ਲੋਕਲ ਚੋਣਾਂ ਸਾਰੀਆਂ ਅਕਾਲੀ ਦਲ ਨੇ ਜਿੱਤੀਆਂ ਸੀਗੀਆਂ ਅਤੇ 2017 ਦੇ ਵਿੱਚੋਂ ਮਾਂਝ 'ਤੇ, ਇਹ ਨਹੀਂ ਹੁੰਦਾ ਵੀ ਇਹ ਲੋਕਲ ਚੋਣਾਂ ਦਾ ਕੋਈ ਬਹੁਤਾ ਇਹ ਨਹੀਂ ਹੈਗਾ, ਪਰ ਊਂ 2022 ਦੇ ਵਿੱਚ ਗਰਾਊਂਡ ਦੇ ਵਿੱਚ ਉਹੀ ਲੋਕ ਆਉਣਗੇ ਜਿਹੜੇ ਕਿਸਾਨੀ ਦੀ ਗੱਲ ਕਰਨਗੇ, ਜਿਹੜੇ ਕਿਸਾਨਾਂ ਨਾਲ ਖੜਨਗੇ, ਉਹੀ ਘਰਾਂ 'ਚ ਵੜਨਗੇ, ਨਾਰਾ ਲੋਕਾਂ ਨੇ ਦਿੱਤਾ ਹੋਇਆ, ਪਰ ਬੇਨਤੀ ਕਰੂੰਗਾ ਵੀ ਇਹ ਨਾਰਾ ਕਿਤੇ 2022 'ਚ ਭੁੱਲ ਨਾ ਜਾਣ, ਇਹ ਆਪਾਂ ਨੂੰ ਜ਼ਰੂਰ ਚੇਤੇ ਰੱਖਣਾ ਪਊਗਾ, ਫਿਰ ਹੀ ਕਿਤੇ ਜਿਹੜਾ ਸਾਡਾ ਰਾਜਨੀਤਿਕ ਢਾਂਚਾ ਬਦਲੂਗਾ, ਸਾਡੀ ਜਿਹੜੇ ਘਰਾਂ ਦੇ ਹਾਲਾਤ ਬਦਲਣਗੇ, ਅਤੇ ਨਹੀਂ ਤਾਂ ਜਿਹੜਾ ਆਪਾਂ ਕਹਿ ਲਓ ਵੀ ਦੋਵੇਂ ਪੱਖ ਹੋਣਗੇ, ਜੇ ਅਸੀਂ ਇੱਥੋਂ ਹਾਰ ਗਏ ਸਾਡਾ ਕੱਖ ਨਹੀਂ ਰਹਿਣਾ, ਜੇ ਰਾਜਨੀਤਿਕ ਹਾਰ ਗਏ ਉਹਨਾਂ ਦਾ ਕੱਖ ਨਹੀਂ ਰਹਿਣਾ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੇ ਕੀਮਤ ਸਮੇਂ ਤੋਂ ਟਾਈਮ ਦਿੱਤਾ। ਸੋ ਇਸ ਜੀ ਭਾਈ ਹਰਜੀਤ ਸਿੰਘ ਢਪਾਲੀ, ਜਿਨ੍ਹਾਂ ਨੇ ਮੋਰਚੇ 'ਚ ਆਏ ਸੀ, ਜਿਹੜੇ ਇੱਥੇ ਮਹਿਰਾਜ ਪਿੰਡ ਦੇ ਵਿੱਚ ਇਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ, ਧੰਨਵਾਦ ਜੀ।